ਬਠਿੰਡਾ ਦੇ ਪਿੰਡ ਜੰਗੀ ਰਾਣਾ ਦਾ 24 ਸਾਲਾ ਫੌਜੀ ਜਵਾਨ ਜੋ ਸਿੱਖ ਰੈਜੀਮੈਂਟ ਦੇ ਵਿੱਚ ਸੀ ਭਰਤੀ, ਬਿਮਾਰੀ ਦੇ ਕਾਰਨ ਹੋਈ ਮੌਤ ਹੋ ਗਿਆ ਸ਼ਹੀਦ ਅਤੇ ਅੱਜ ਸਿੱਖ ਰੈਜੀਮੈਂਟ ਦੇ ਨਾਇਬ ਸੂਬੇਦਾਰ ਇਸਦੀ ਲਾਸ਼ ਨੂੰ ਲੈ ਕੇ ਪਹੁੰਚੇ ਇਹਨਾਂ ਦੇ ਪਿੰਡ ਅਤੇ ਪੂਰੇ ਸਨਮਾਨਾਂ ਦੇ ਨਾਲ ਕੀਤਾ ਗਿਆ ਇਸਦਾ ਅੰਤਿਮ ਸੰਸਕਾਰ। ਮਾਂ ਦਾ ਰੋ ਰੋ ਹੋ ਗਿਆ ਬੁਰਾ ਹਾਲ, ਕਿਉਂਕਿ ਇਸ ਨੂੰ ਬ੍ਰੇਨ ਹੈਮਰ ਸੀ, ਇਸ ਕਾਰਨ ਦੀ ਮੌਤ ਹੋਈ। ਮੇਰਾ ਨਾਂ ਨਾਇਬ ਸੂਬੇਦਾਰ ਜਤਿੰਦਰਪਾਲ ਸਿੰਘ, ਜੋ ਕਿ ਮੈਂ ਸਿੱਖ ਰੈਜੀਮੈਂਟਲ ਸੈਂਟਰ ਨਾਲ ਸੰਬੰਧ ਰੱਖਦਾ ਹਾਂ, ਅਤੇ ਇਹ ਜਵਾਨ ਜੋ ਸ਼ਹੀਦ ਹੋਇਆ ਹੈ ਇਹਦਾ ਨਾਂ ਹੈ ਗੁਰਦੀਪ ਸਿੰਘ, ਅਤੇ ਇਸ ਦੀ ਡੈੱਡ ਬੋਡੀ ਲੈ ਕੇ ਮੈਂ ਹੁਣ ਇਹਨਾਂ ਦੇ ਪਿੰਡ ਪਹੁੰਚਿਆ ਹਾਂ। ਸਰ, ਕਿਸ ਤਰ੍ਹਾਂ ਘਟਨਾ ਘਟੀ? ਇਹ ਕੁਛ ਸਮੇਂ ਤੋਂ ਬਿਮਾਰ ਸੀਗੇ ਅਤੇ ਦਾਖਲ ਸੀਗੇ ਹਸਪਤਾਲ ਦੇ ਵਿੱਚ, ਅਤੇ ਇਹਨਾਂ ਦੇ ਬ੍ਰੇਨ ਹੈਮਰਨ ਹੋਇਆ ਸੀਗਾ, ਸਪੋਟ ਸੀਗਾ ਬ੍ਰੇਨ ਦੇ ਵਿੱਚ, ਅਤੇ ਉਹਦੇ ਕਾਰਨ ਇਹਨਾਂ ਨੂੰ ਇੱਕ ਦੋ ਦਿਨ ਤੋਂ ਜ਼ਿਆਦਾ ਸੀਰੀਅਸ ਹੋਣ ਕਰਕੇ ਅਤੇ ਇਹਨਾਂ ਦੀ 30 ਤਰੀਕ ਨੂੰ ਸ਼ਾਮ ਨੂੰ ਡੈੱਥ ਹੋ ਗਈ। ਫੌਜ ਦੇ ਵਿੱਚ ਆਉਣ ਕਰਕੇ ਉਸ ਤੋਂ ਬਾਅਦ ਤਬੀਅਤ ਇਹਨਾਂ ਦੀ ਖਰਾਬ ਹੋ ਗਈ, ਅਤੇ ਜਿਹਦੇ ਕਰਕੇ ਇਹਨਾਂ ਨੇ ਮਤਲਬ ਲਾਸਟ ਦੇ ਵਿੱਚ ਆਪਣਾ ਦਮ ਤੋੜ। ਸਰ, ਇਹ ਡਿਊਟੀ ਕਿਸ ਜਗ੍ਹਾ 'ਤੇ ਨਿਭਾ ਰਹੇ ਸੀਗੇ? ਇਹ ਹੁਣ ਇਸ ਟਾਈਮ 'ਤੇ ਸਿੱਖ ਰੈਜੀਮੈਂਟਲ ਸੈਂਟਰ ਦੇ ਵਿੱਚ ਡਿਊਟੀ 'ਤੇ ਸੀਗੇ, ਅਤੇ ਉੱਥੋਂ ਫਿਰ ਇਹ ਹਾਸਲ। ਇਹ ਰਾਮਗੜ੍ਹ ਕੈਂਟ ਦੇ ਵਿੱਚ? ਨਹੀਂ ਜੀ, ਇਹ ਆਪਣੇ ਝਾਰਖੰਡ ਦੇ ਵਿੱਚ ਰਾਮਗੜ੍ਹ ਕੈਂਟ ਦੇ ਵਿੱਚ। ਵੀ ਸਾਡਾ ਇਹ ਜਿਹੜਾ ਜਵਾਨ ਹੈ ਵੀ ਸਾਡੇ 'ਚੋਂ ਵਿਛੜ ਗਿਆ ਹੈ, ਅਤੇ ਅਸੀਂ ਇਹਦਾ ਕਦੇ ਪੂਰਤੀ ਨਹੀਂ ਕਰ ਸਕਦੇ, ਅਤੇ ਇਹ ਜਵਾਨ ਬਹੁਤ ਹੀ ਲਾਇਕ ਅਤੇ ਅੱਛਾ ਇਨਸਾਨ ਸੀ। ਸਰ, ਉਮਰ ਕਿੰਨੀ ਦੱਸੀ ਜਾ ਰਹੀ ਹੈ? ਉਮਰ ਇਹਦੀ 24 ਸਾਲ ਤਕਰੀਬਨ ਹੈਗੀ ਸੀ। ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਲੜਕੇ ਦੀ ਮੌਤ ਨਹੀਂ ਹੋਈ, ਉਹ ਸ਼ਹੀਦ ਹੋਇਆ, ਅਤੇ ਸਾਨੂੰ ਉਸ 'ਤੇ ਪੂਰਾ ਮਾਣ ਹੈ, ਅਤੇ ਉਹਨਾਂ ਮੰਗ ਵੀ ਕੀਤੀ ਹੈ ਕਿ ਉਸਨੂੰ ਉਹਨਾਂ ਦੀ ਜਿਹੜੀ ਮੌਤ ਹੈ ਉਸਨੂੰ ਇਸ ਤਰ੍ਹਾਂ ਬਣਾਇਆ ਜਾਵੇ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਸਨੂੰ ਯਾਦ ਰੱਖਣ, ਕਿਉਂਕਿ ਉਹਨਾਂ ਵੱਲੋਂ ਪਿੰਡ ਦੇ ਵਿੱਚ ਇੱਕ ਉਹਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਹੈ। ਅਤੇ ਕਿਹੜਾ ਪਿੰਡ? ਮੇਰਾ ਨਾਂ ਜੀ ਕੈਪਟਨ ਚਮਕੌਰ ਸਿੰਘ, ਰਿਟਾਇਰਡ ਫਰੋਮ ਆਰਮੀ। ਅੱਜ ਜਿਹੜੀ ਡੈੱਡ ਬੋਡੀ ਆਈ ਹੈ ਬੱਚੇ ਦੀ, ਕੀ ਮਾਮਲਾ? ਸਾਡਾ ਡੈੱਡ ਬੋਡੀ ਹੈ, ਸਾਡਾ ਮੁੰਡੇ ਡੈੱਥ ਹੋਈ ਹੈ। ਬੜਾ ਦੁੱਖ ਹੁੰਦਾ, ਪਰ ਦੁੱਖ ਨਹੀਂ, ਸਾਨੂੰ ਇਸ 'ਤੇ ਮਾਣ ਹੈ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ। ਹਰ ਦੁਨੀਆ ਮਰਦੀ ਹੈ, ਜਿਹੜਾ ਜੰਮਿਆ ਉਹਨੇ ਮਰਨਾ ਹੈ, ਪਰ ਸ਼ਹੀਦ ਔਰ ਦੇਸ਼ ਦੇ ਕੰਮ ਕੋਈ ਕਿਉਂ ਹੁੰਦਾ, ਇਹਨਾਂ 'ਤੇ ਸਾਨੂੰ ਬਹੁਤ ਮਾਣ ਹੈ, ਬਹੁਤ ਫਖਰ ਦੀ ਗੱਲ ਹੈ। ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਡਾ ਮੁੰਡਾ ਜਿੰਦਾ ਹੈ, ਸ਼ਹੀਦ ਹੈ, ਉਹਦੇ ਸਵਾਗਤ ਵਾਸਤੇ, ਉਹਦੀ ਯਾਦ ਵਾਸਤੇ ਕੋਈ ਇਹੋ ਚੀਜ਼ ਬਣਾਈ ਹੈ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਅਤੇ ਉਹਨਾਂ ਤੋਂ ਮੋਟੀਵੇਟਡ ਹੋਣ। ਇਸੇ ਨੂੰ ਲੈ ਕੇ ਪਿੰਡ ਦੇ ਇੱਕ ਹੋਰ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਲੇ ਮਹੀਨੇ ਇਸ ਫੌਜੀ ਨੌਜਵਾਨ ਦਾ ਵਿਆਹ ਰੱਖਿਆ ਸੀ ਜੋ ਝਾਰਖੰਡ ਦੇ ਵਿੱਚ ਸ਼ਹੀਦ ਹੋਇਆ, ਅਤੇ ਉਹਨਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਹਨਾਂ ਦੇ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ, ਅਤੇ ਨਾਲ ਇਹ ਵੀ ਮੰਗ ਕੀਤੀ ਕਿ ਉਹਨਾਂ ਦੇ ਨਾਮ ਦੇ ਉੱਤੇ ਕੋਈ ਗੇਟ ਬਣਾਇਆ ਜਾਵੇ ਅਤੇ ਨਾਲ ਸਕੂਲ ਦਾ ਨਾਮ ਵੀ ਉਹਨਾਂ ਦੇ ਨਾਮ ਦੇ ਰੱਖਿਆ ਜਾਵੇ। ਦੇਖੋ, ਸਵੇਰਾ ਮਾਂ ਦਾ ਰੋ ਰੋ ਬੁਰਾ ਹਾਲ ਹੈ, ਅਤੇ ਅਗਲੇ ਮਹੀਨੇ ਇਸ ਫੌਜੀ ਨੌਜਵਾਨ ਦਾ ਵਿਆਹ ਰੱਖਿਆ ਹੋਇਆ ਸੀ। ਆਪ ਨੂੰ ਸੁਣਾਉਂਦੇ ਹਾਂ ਕੀ ਕਹਿੰਦੇ ਨੇ ਹੋਰ ਪਿੰਡ ਵਾਸੀ। ਜਲੌਰ ਸਿੰਘ ਜੰਗੀ ਰੰਗ, ਜਿਹੜੀ ਮੁੰਡੇ ਡੈੱਥ ਹੋਈ ਹੈ, ਕੀ ਡੈੱਥ ਹੋਈ? ਬਹੁਤ ਮੰਦਭਾਗਾ ਹੋਇਆ ਸਾਡੇ ਪਿੰਡ ਵਾਸਤੇ। ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਵਾਂਗੂ, ਸਾਡੇ ਪਿੰਡ ਦਾ ਅੱਧ ਦੇ ਬੱਚੇ, ਜਿਵੇਂ 50% ਬੱਚੇ ਸਾਡੇ ਪਿੰਡ ਦੇ ਫੌਜ 'ਚ ਭਰਤੀ ਹੁੰਦੇ ਆ ਜੀ। ਪਰ ਬੜੇ ਦੁੱਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ, ਪਰ ਸਰਕਾਰਾਂ ਘੱਟ ਧਿਆਨ ਦਿੰਦੀਆਂ। ਸਰਕਾਰਾਂ ਨੂੰ ਚਾਹੀਦਾ ਵੱਧ ਤੋਂ ਵੱਧ ਧਿਆਨ ਦੇਣ ਬੱਚਿਆਂ ਦੇ ਮਗਰ, ਉਹਨਾਂ ਦੀ ਸਕਾਲਰਸ਼ਿਪ ਹੋਰ, ਇਹਨਾਂ ਨੂੰ ਪੜ੍ਹਾਈ ਲਿਖਾਈ ਵਾਸਤੇ ਵੀ ਧਿਆਨ ਦੇਣ, ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣ।
ਤੇ ਅੱਜ ਮੌਤ ਹੋਈ ਆ ਕੀ ਨਾਮ ਇਹ ਗੁਰਦੀਪ ਸਿੰਘ ਸੀ ਮੁੰਡਾ ਜੀ 16 ਸਿੱਖ ਰੈਜੀਮੈਂਟ ਸੀਗਾ ਤੇ ਅਗਲੇ ਮਹੀਨੇ ਉਹਨਾਂ ਦਾ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦਭਾਗਾ ਹੋਇਆ ਜੀ ਮੰਗ ਸਰਕਾਰ ਤੋਂ ਇਹੀ ਕਰਦੇ ਹਾਂ ਜੀ ਜੋ ਵੀ ਬਰਾਚੀ ਬਣਦੀ ਹੈ ਭਗਵੰਤ ਮਾਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ 'ਚ ਪਾਰਕ ਵਗੈਰਾ ਗੇਟ ਬਣ ਇਹਨਾਂ ਦਾ ਹੋਰ ਸਕੂਲ ਦਾ ਨਾਂ ਇਹਨਾਂ ਦੇ ਨਾਂ 'ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਅਫਜਾਈ ਹੋਊਗੀ